ਹੱਗ ਟ੍ਰੈਵਲ ਏਜੰਟਾਂ ਦੀ ਇਮੀਗ੍ਰੇਸ਼ਨ ਵਾਲਿਆਂ ਦੀ ਜਿਹੜੇ ਪੈਸੇ ਲੈਣ ਲੱਗਿਆਂ ਹੋਰ ਹੁੰਦੇ ਨੇ ਤੇ ਜਦੋਂ ਕੰਮ ਕਰਨਾ ਹੁੰਦਾ ਓਦੋਂ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਲੱਗੇ ਦੇਖੇ ਜਾ ਸਕਦੇ ਨੇ ਇਸ ਤਰ੍ਹਾਂ ਦੇ ਕਈ ਅਣਗਿਣਤ ਕੇਸ ਪਿਛਲੇ ਸਮਿਆਂ 'ਚ ਸਾਹਮਣੇ ਆਏ ਨੇ ਲੋਕਾਂ ਨੇ ਧਰਨੇ ਮੁਜ਼ਾਰੇ ਵੀ ਦਿੱਤੇ ਨੇ ਰੋਸ ਵੀ ਆਪਣਾ ਕੱਢਿਆ ਪਰ ਕਈ ਕੇਸਾਂ ਦੇ ਵਿੱਚ ਤਾਂ ਇਨਸਾਫ ਮਿਲਿਆ ਪਰ ਕਈਆਂ ਵਿੱਚ ਜੁੱਤੀਆਂ ਘਸ ਗਈਆਂ ਲੋਕਾਂ ਦੀਆਂ ਪਰ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਨੇ ਤੇ ਕਈ ਕਰੋੜਾ ਰੁਪਏ ਬਣਾ ਕੇ ਰਫੂ ਚੱਕਰ ਹੋ ਗਏ ਹੁਣ ਇੱਕ ਤਾਜ਼ਾ ਮਾਮਲਾ ਹੋਰ ਸਾਹਮਣੇ ਆਇਆ ਮੁਹਾਰੀ ਦੇ ਵਿੱਚ ਸਥਿਤ ਚੱਲ ਰਿਹਾ ਇੱਕ ਇਮੀਗ੍ਰੇਸ਼ਨ ਕੇਂਦਰ ਸੀ ਜਿਹੜਾ ਉਸਦੇ ਮਾਲਕਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ। ਉਹ ਇਮੀਗ੍ਰੇਸ਼ਨ ਕਿਹੜਾ ਸੀ ਜਿਹੜਾ ਠੱਗੀਆਂ ਕਰਦਾ ਸੀ ਔਰ ਉਹਨਾਂ ਦੇ ਉੱਤੇ ਹੁਣ ਪਰਚਾ ਵੀ ਦਰਜ ਹੋਇਆ ਹੈ ਔਰ ਪਰਚਾ ਦਰਜ ਕਿਸ ਦੀ ਸ਼ਿਕਾਇਤ ਤੇ ਹੋਇਆ ਹੈ? ਦਰਅਸਲ ਮਾਨਸਾ ਦੇ ਹੀ ਤਿੰਨ ਵੱਖੋ-ਵੱਖਰੇ ਪਰਿਵਾਰ ਨੇ ਔਰ ਇੱਕ ਪਰਿਵਾਰਤਾ ਇਸ ਤਰ੍ਹਾਂ ਖੁੱਲ ਕੇ ਸਾਹਮਣੇ ਆਇਆ ਕਿ ਬਾਕੀ ਦੋਵਾਂ ਨੇ ਵੀ ਹਮਾਇਤ ਕੀਤੀ ਕਿ ਸਾਡੇ ਨਾਲ ਵੀ ਠੱਗੀ ਵੱਜੀ ਹੈ। ਇਸੇ ਤਰੀਕੇ ਨਾਲ 35 ਲੱਖ ਰੁਪਏ ਤੋਂ ਇਹਨਾਂ ਤਿੰਨਾਂ ਪਰਿਵਾਰਾਂ ਤੋਂ ਪੈਸੇ ਵਾਧ ਜਿਹੜੇ ਠੱਗਲੇ ਗਏ ਪਰ ਉਸ ਬਦਲੇ ਕੰਮ ਤੱਕ ਨਹੀਂ ਕੀਤਾ ਗਿਆ ਕਈਆਂ ਨੂੰ ਤਾਂ ਦਸਤਾਵੇਜ਼ ਲੈਣ ਦੀ ਵਾਪਸ ਲੈਣ ਵਾਸਤੇ ਵੀ ਕਈ ਗੇੜੇ ਕੱਢਣੇ ਪੈਂਦੇ ਨੇ ਤਾਂ ਇਮੀਗ੍ਰੇਸ਼ਨ ਦੇ ਖਿਲਾਫ ਇੱਕ ਪਰਚਾ ਦਰਜ ਹੋ ਗਿਆ ਮੁਹਾਲੀ ਦੇ ਵਿੱਚ ਤੇ ਮਾਨਸਾ ਦੇ ਨਾਲ ਸਬੰਧਤ ਉਹ ਪਰਿਵਾਰ ਜਿਹੜੇ ਭੋਲੇ ਭਾਲੇ ਸੀ ਗੱਲਾਂ ਦੇ ਵਿੱਚ ਆ ਕੇ ਠੱਗੇ ਗਏ ਤਾਂ ਮੁਹਾਲੀ ਪੁਲਿਸ ਨੇ ਉਸ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਫਰਾਡ ਕਰਨ ਦਾ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਮੁਹਾਲੀ ਦੇ ਵਿੱਚ ਮਾਨਸਾ ਦੇ ਤਿੰਨ ਲੋਕਾਂ ਦੇ ਨਾਲ ਹੀ ਠੱਗੀ ਵਜੀ ਹੈ ਔਰ ਆਸਟ੍ਰੇਲੀਆ ਭੇਜਣ ਦੇ ਨਾਮ ਤੇ 35 ਲੱਖ ਰੁਪਏ ਲੁੱਟ ਲਏ ਗਏ ਤੇ ਪੁਲਿਸ ਨੂੰ ਫਿਰ ਕੇਸ ਵੀ ਇਸੇ ਕਰਕੇ ਦਰਜ ਕਰਨਾ ਪਿਆ ਕਿ ਸ਼ਿਕਾਇਤ ਕਰਤਾ ਕੁਰਲਾਰੇ ਸਨ ਕਿ ਸਾਡੇ ਮਿਹਨਤ ਦੀ ਕਮਾਈ ਹੈ ਜਿਹੜੀ ਇਹਨਾਂ ਨੇ ਸਾਨੂੰ ਕਿਹਾ ਕਿ ਆਸਟ੍ਰੇਲੀਆ ਭੇਜ ਦਿੱਤਾ ਜਾਵੇਗਾ ਵੀਜ਼ਾ ਲੱਗੇਗਾ ਪਰ ਪੈਸੇ ਤਾਂ ਲਏ ਗਏ ਉਸ ਬਦਲੇ ਵੀਜ਼ਾ ਨਹੀਂ ਲੱਗਿਆ ਔਰ ਸਾਡੇ ਨਾਲ ਠੱਗੀ ਵੱਜੀ ਹੈ ਤਾਂ ਮਾਨਸਾ ਦੇ ਵਿੱਚ ਵੱਖੋ ਵੱਖਰੇ ਤਿੰਨ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਜਿਹੜੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਦੋ ਠੱਗਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਕਿ ਉਹਨਾਂ ਨੂੰ ਫਸਾਇਆ ਗਿਆ ਗੱਲਾਂ ਦੇ ਵਿੱਚ ਔਰ 35 ਲੱਖ 5000 ਰੁਪਏ ਦੀ ਰਕਮ ਬਣਦੀ ਹੈ ਜਿਹੜੀ ਲੁੱਟੀ ਗਈ ਹੈ ਉਹਨਾਂ ਤੋਂ ਪੁਲਿਸ ਨੇ ਮੁੱਲਜਮਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੀ ਰੀ ਪੜਤਾਲ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਮਾਮਲਾ ਮਾਨਸਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਜਿਹੜਾ ਕਿ ਸੈਕਟਰ 70 ਦੇ ਵਿੱਚ ਚੱਲ ਰਿਹਾ ਸਟਾਰ ਫਿਊਚਰ ਇਮੀਗ੍ਰੇਸ਼ਨ ਨੇ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਉਹਨਾਂ ਨੂੰ ਠੱਗਿਆ ਇਹ ਸ਼ਿਕਾਇਤਕਰਤਾ ਗੁਰਦੀਪ ਸਿੰਘ ਨੇ ਸਾਰੀ ਵਿਥਿਆ ਦੱਸੀ ਹੈ ਪੁਲਿਸ ਨੂੰ ਜਿਸ ਤੋਂ ਬਾਅਦ ਸੈਕਟਰ 70 ਮੁਹਾਲੀ ਦੇ ਵਿੱਚ ਚੱਲ ਰਿਹਾ ਸਟਾਰ ਫਿਊਚਰ ਇਮੀਗ੍ਰੇਸ਼ਨ ਜਿੰਨਾ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਔਰ ਜੇਕਰ ਤੁਸੀਂ ਵੀ ਕਿਸੇ ਵੀ ਪੰਜਾਬ ਦੇ ਸ਼ਹਿਰ ਦੇ ਵਿੱਚ ਖਾਸ ਕਰਕੇ ਮੁਹਾਲੀ ਦੇ ਵਿੱਚ ਕਾਫੀ ਵੱਡੀ ਗਿਣਤੀ ਅਮਰitsar ਦੇ ਮੰਗ ਜਿੱਥੇ ਕਈ ਇਮੀਗ੍ਰੇਸ਼ਨ ਸੈਂਟਰ ਚੱਲਦੇ ਨੇ ਔਰ ਉਹਨਾਂ ਵਿੱਚੋਂ ਕਈ ਅਜਿਹੇ ਨੇ ਜਿਹੜੇ ਠੱਗੀ ਦਾ ਕੰਮ ਹੀ ਕਰਦੇ ਨੇ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਕਈ ਸਤਾਰਾ ਸੈਕਟਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਪਿਛਲੇ ਦਿਨਾਂ 'ਚ ਵੱਖ-ਵੱਖ ਪੰਜਾਬ ਦੇ ਹਿੱਸਿਆਂ ਤੋਂ ਲੋਕ ਆਏ ਸਨ ਜਿਨ੍ਹਾਂ ਨੇ ਰੋਸ ਮੁਜ਼ਾਹਰਾ ਕੀਤਾ ਕਿ ਸਾਡੇ ਨਾਲ ਠੱਗੀ ਵੱਜੀ ਹੈ ਕਈ ਪੈਸੇ ਲੁੱਟ ਲਏ ਗਏ ਕਈਆਂ ਤੋਂ 25000 ਕਈਆਂ ਤੋਂ 30000 ਤੇ ਕਈਆਂ ਤੋਂ ਲੱਖਾਂ ਦੇ ਹਿਸਾਬ ਨਾਲ ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਆਸਟ੍ਰੇਲੀਆ ਭੇਜ ਦਿੱਤਾ ਜਾਵੇਗਾ ਔਰ 35 ਲੱਖ ਰੁਪਏ ਕੋਈ 5000 10000 20000 ਦੀ ਗੱਲ ਨਹੀਂ ਸੀ ਸਿੱਧਾ ਹੀ ਤਿੰਨ ਵੱਖ-ਵੱਖ ਲੋਕਾਂ ਤੋਂ 35 ਲੱਖ 5000 ਰੁਪਏ ਜਿਹੜੇ ਉਹਨਾਂ ਮੁਲਜ਼ਮਾਂ ਨੇ ਠੱਗੇ ਇਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਉਹਨਾਂ ਨੂੰ ਪੈਸੇ ਵਾਪਸ ਮੋੜੇ ਤੇ ਨਾ ਹੀ ਵਿਦੇਸ਼ ਭੇਜਿਆ ਜਿਸ ਕਰਕੇ ਉਹ ਰੋਸ ਵਿੱਚ ਆ ਜਾਂਦੇ ਨੇ ਤੇ ਸ਼ਿਕਾਇਤ ਕਰਨੀ ਪੈ ਜਾਂਦੀ ਆ ਪੁਲਿਸ ਨੂੰ ਤੇ ਉਹਨਾਂ ਨੇ ਕੀਤੀ ਵੀ ਪੁਲਿਸ ਨੇ ਕੇਸ ਦਰਜ ਕੀਤਾ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਅੱਗੇ ਵੀ ਦੱਸਿਆ ਕਿ ਉਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ ਪੜਤਾਲ ਕੀਤੀ ਜਾਵੇਗੀ ਕਿ ਕਈ ਹੋਰ ਲੋਕ ਤਾਂ ਨਹੀਂ ਠੱਗੀ ਦਾ ਸ਼ਿਕਾਰ ਹੋਏ ਕਿ ਇਹੀ ਕਿ ਕੇਵਲ ਦੇ ਕੇਵਲ ਤਿੰਨ ਲੋਕ ਸਨ ਮੁਲਜ਼ਮਾਂ ਦੀ ਜਿਹੜੀ ਪਛਾਣ ਹੋਈ ਆ ਉਹ ਰਵੀ ਸ਼ਰਮ ਸ਼ਵੀ ਸ਼ਰਮਾ ਤੇ ਨੀਹਾ ਸ਼ਰਮਾ ਦੇ ਕਰਕੇ ਹੋਈ ਆ ਜਿਹੜੇ ਦੋਵੇਂ ਹੀ ਸਟਾਰ ਫਿਊਚਰ ਇਮੀਗ੍ਰੇਸ਼ਨ ਸੈਕਟਰ 70 ਦੇ ਵਿੱਚ ਚਲਾ ਰਹੇ ਸਨ ਇਸ ਮਾਮਲੇ ਦੇ ਵਿੱਚ ਮਟੋਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਈ ਜਹੇ ਹੋਰ ਇਮੀਗ੍ਰੇਸ਼ਨ ਸੈਂਟਰ ਨੇ ਜਿਨ੍ਹਾਂ ਦੇ ਉੱਤੇ ਨੱਥ ਪਾਉਣ ਦੀ ਲੋੜ ਹੈ ਜਿਹੜੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਨੇ ਤਾਂ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਦੋ ਜਿਹੜੇ ਚਲਾਉਣ ਵਾਲੇ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਜਿਸ ਵਿੱਚ ਇੱਕ ਨੀਹਾ ਸ਼ਰਮਾ ਦਾ ਨਾਮ ਸ਼ਾਮਿਲ ਹੈ ਤੇ ਇੱਕ ਸ਼ਵੀ ਸ਼ਰਮਾ ਦਾ ਨਾਮ ਸ਼ਾਮਿਲ ਹੈ ਸਟਾਰ ਫਿਊਚਰ ਇਮੀਗ੍ਰੇਸ਼ਨ ਤਾਂ ਹੁਣ ਗੁਰਦੀਪ ਸਿੰਘ ਨੇ ਜਿਹੜੀ ਸ਼ਿਕਾਇਤ ਦਿੱਤੀ ਸੀ ਉਸ ਦੇ ਆਧਾਰ ਤੇ ਅਗਲੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਦ ਤੱਕ ਇਸ ਬਾਬਤ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ